ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਦਿਖਾਉਂਦੇ ਹਾਂ ਜੀ ਆਪਣੀ ਸਕੋਰਪੀਓ ਐਨ ਦੀ ਫਸਟ ਸਰਵਿਸ 1000 ਕਿਲੋਮੀਟਰ ਵਾਲੀ। 1000 ਕਿਲੋਮੀਟਰ ਚੱਲ ਗਈ ਗੱਡੀ ਆਪਣੀ ਅਤੇ ਅੱਜ ਇਹਦੀ ਫਸਟ ਫ੍ਰੀ ਵਾਲੀ ਸਰਵਿਸ ਹੋਊਗੀ। ਅਤੇ ਇਹਦੇ ਵਿੱਚ ਜ਼ਿਆਦਾ ਮੇਜਰ ਸਰਵਿਸ ਨਹੀਂ ਹੈਗੀ, ਨੋਰਮਲ ਰੂਟੀਨ ਵਾਲੀ ਸਰਵਿਸ ਆ। ਚੈੱਕ ਕਰਦੇ ਨੇ, ਕੋਈ ਫੰਕਸ਼ਨ ਵਗੈਰਾ ਪੁੱਛਦੇ ਨੇ, ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਗੱਡੀ ਦੇ ਵਿੱਚ। ਅਤੇ ਨਟ ਨੁਟ ਚੈੱਕ ਕਰਦੇ ਨੇ, ਟਾਈਟ ਕਰਦੇ ਨੇ, ਬਾਕੀ ਇਹ ਵਾਸ਼ਿੰਗ ਕਰਕੇ ਗੱਡੀ ਫੜਾ ਦਿੰਦੇ ਨੇ ਆਪਾਂ ਨੂੰ। ਅਤੇ ਦੇਖਦੇ ਹਾਂ ਕੀ ਕੁਛ ਕਰਦੇ ਨੇ। ਕਾਫੀ ਜ਼ਿਆਦਾ ਗੱਡੀਆਂ ਪਹੁੰਚ ਚੁੱਕੀਆਂ ਨੇ, ਅਸੀਂ 9 ਵਜੇ ਦਾ ਅਪੋਇੰਟਮੈਂਟ ਲਿਆ ਸੀ, ਅਸੀਂ ਸਹੀ 9 ਵਜੇ ਆ ਗਏ ਸੀ ਅਤੇ ਹਜੇ ਵੀ ਗੱਡੀ ਸਾਡੀ ਸਾਈਡ 'ਤੇ ਲੱਗੀ ਹੋਈ ਆ। ਕਾਫੀ ਜ਼ਿਆਦਾ ਗੱਡੀਆਂ ਆਈਆਂ ਹੋਈਆਂ ਨੇ ਸਰਵਿਸ ਵਾਸਤੇ ਇੱਥੇ। ਇਹ ਪਹਿਲਾਂ ਚਾਰਟ ਬਣਾਉਂਦੇ ਨੇ, ਇਹਦੇ 'ਚ ਪੁੱਛ ਲੈਂਦੇ ਨੇ ਜੇ ਕੋਈ ਪ੍ਰੋਬਲਮ ਲੱਗਦੀ ਹੈ ਤਾਂ ਤੁਸੀਂ ਦੱਸ ਸਕਦੇ ਹੋ। ਬਾਕੀ ਗੱਡੀ ਬਹੁਤ ਆਪਣੀ ਗੰਦੀ ਪਈ ਹੈ, ਵਾਸ਼ਿੰਗ ਹੋਣੀ ਜ਼ਰੂਰੀ ਸੀ। ਚਲੋ ਇੱਥੇ ਹੀ ਕਰਾਵਾਂਗੇ ਹੁਣ, ਅਤੇ ਦਿਖਾਉਂਦੇ ਹਾਂ ਤੁਹਾਨੂੰ ਕੀ ਕੋਈ ਸਰਵਿਸ ਕਰਦੇ ਨੇ ਇਹ ਫਸਟ ਸਰਵਿਸ ਦੇ ਵਿੱਚ ਕੀ ਕੁਛ ਕਰਦੇ ਨੇ। ਕਾਫੀ ਵਧੀਆ ਇਹਨਾਂ ਦਾ ਆਪਣਾ ਸਰਵਿਸ ਸੈਂਟਰ ਹੈ ਰਾਜ ਵਹੀਕਲ ਪਟਿਆਲਾ ਦਾ। ਕਾਫੀ ਮੁੰਡੇ ਲੱਗੇ ਹੋਏ ਕੰਮ ਕਰਦੇ, ਗੱਡੀਆਂ ਇੱਕ ਟਾਈਮ ਦੇ ਵਿੱਚ ਕਾਫੀ ਹੋ ਜਾਂਦੀਆਂ ਨੇ ਸਾਰੀਆਂ। ਆਪਣੇ ਆਪਣਾ ਜਗ੍ਹਾ ਦੇ ਲਗਾ ਕੇ ਸਟਾਰਟ ਕਰਿਆ ਹੋਇਆ ਕੰਮ ਇਹਨਾਂ ਨੇ। ਦਿਖਾਉਂਦੇ ਹਾਂ ਤੁਹਾਨੂੰ ਕੀ ਕੁਛ ਕਰਦੇ ਨੇ ਗੱਡੀ ਦਾ। ਨੰਬਰ ਪਲੇਟ ਵੀ ਲਵਾਉਂਦੇ ਹਾਂ ਅੱਜ ਆਪਾਂ, ਇਹਦੀ ਫਿੱਟ ਕਰਵਾਉਂਦੇ ਹਾਂ। ਆਓ ਜੀ, ਪਲੇਟਾਂ ਫਰੇਮ ਦੇ ਵਿੱਚ ਲਵਾਤੀਆਂ ਆਪਾਂ ਨੇ। ਬਿਨਾਂ ਫਰੇਮ ਤੋਂ ਪਲੇਟਾਂ ਸੋਹਣੀਆਂ ਨਹੀਂ ਲੱਗ ਰਹੀਆਂ ਸੀ, ਪਰ ਫੈਂਸੀ ਪਲੇਟ ਵੀ ਆਪਾਂ ਬਣਵਾਈ ਹੈ, ਦਿਖਾਵਾਂਗੇ ਤੁਹਾਨੂੰ। ਫੈਂਸੀ ਪਲੇਟਾਂ ਵੀ ਲਵਾਵਾਂਗੇ। ਟਾਈਮ ਥੋੜ੍ਹਾ ਜਿਹਾ ਜ਼ਿਆਦਾ ਲੱਗਦਾ ਭਿੰਦਰਾਂ ਦੇ ਵਿੱਚ ਆ ਕੇ। ਹੁਣ ਤੱਕ ਆਪਣੀ ਗੱਡੀ ਨੂੰ ਚੈੱਕ ਕਰਨ ਨਹੀਂ ਕੋਈ ਆਇਆ ਹੈਗਾ। 9 ਵਜੇ ਦਾ ਟਾਈਮ ਦਿੱਤਾ ਸੀ, 10 ਵਜੇ ਗਏ। ਸਿਰਫ ਨੰਬਰ ਪਲੇਟਾਂ ਟਾਈਟ ਕੀਤੀਆਂ ਨੇ ਇਹਨਾਂ ਨੇ, ਹਜੇ ਹੋਰ ਕੁਛ ਨਹੀਂ ਕੀਤਾ ਹੈਗਾ। ਹਾਂ ਦੇਖੋ, ਫਰੇਮ ਦੇ ਵਿੱਚ ਲੱਗ ਗਈਆਂ ਆਪਣੀਆਂ। ਅਜੇ ਤੱਕ ਇਹਨਾਂ ਨੇ ਕੁਛ ਵੀ ਨਹੀਂ ਕਰਿਆ ਹੈਗਾ, ਬਹੁਤ ਟਾਈਮ ਲੈਂਦੇ ਨੇ ਇਹ। ਕਹਿੰਦੇ ਗੱਡੀ ਇੱਕ ਦੂਜੀ ਚੇਂਜ ਹੋਊਗੀ ਫਿਰ ਜਾ ਕੇ ਲੱਗਣਗੀਆਂ, ਅਜੇ ਤੱਕ ਕੋਈ ਗੱਡੀ ਨਹੀਂ ਲੱਗੀ ਹੈਗੀ। ਲਓ ਜੀ, ਹੁਣ ਗੱਡੀ ਨੂੰ ਹੱਥ ਪਾਇਆ ਇਹਨਾਂ ਨੇ 1 ਘੰਟੇ ਤੋਂ ਬਾਅਦ। ਪੂਰਾ 1 ਘੰਟਾ ਵੇਟ ਕਰਨ ਤੋਂ ਬਾਅਦ ਹੁਣ ਗੱਡੀ ਚੁੱਕੀ ਹੈ ਇਹਨਾਂ ਨੇ। ਦੇਖਦੇ ਹਾਂ ਹੁਣ ਇਹ ਕੀ ਕੁਛ ਕਰਦੇ ਨੇ। ਆਖਿਰਕਾਰ ਨੰਬਰ ਲੱਗ ਗਿਆ ਆਪਣਾ ਜੀ। ਦੱਸਦੇ ਹਾਂ ਤੁਹਾਨੂੰ ਅੱਜ ਫਸਟ ਸਰਵਿਸ ਦੇ ਵਿੱਚ ਕੀ ਕੁਛ ਕਰਦੇ ਨੇ ਇਹ। ਆ ਖੜੀ ਹੈ ਜੀ XUV 700 AX5। ਪਹਿਲਾਂ ਆਪਾਂ AX5 ਲੈਣਾ ਚਾਹੁੰਦੇ ਸੀ ਆਹ ਵਾਲੀ ਗੱਡੀ। ਇਹਦੀ ਵੇਟਿੰਗ ਬਹੁਤ ਜ਼ਿਆਦਾ ਸੀ, 1.5 ਸਾਲ ਦੀ ਵੇਟਿੰਗ ਸੀ ਇਹਦੀ। ਅਤੇ ਬਾਅਦ ਵਿੱਚ ਆਪਣੀ ਸਕੋਰਪੀਓ ਐਨ ਲਾਂਚ ਹੋ ਗਈ, ਫਿਰ ਆਪਾਂ ਇਹਨੂੰ ਰਿਜੈਕਟ ਕਰਤਾ ਅਤੇ ਹੁਣ ਆਪਾਂ ਆਹ ਵਾਲੀ ਲੈ ਲਈ। ਫਿਰ ਇਹਦੀ ਹਾਈਟ ਵੀ ਉਹਦੇ ਨਾਲੋਂ ਥੋੜ੍ਹੀ ਉੱਚੀ ਹੈ, ਉਹਦੀ ਹਾਈਟ ਥੋੜ੍ਹੀ ਡਾਊਨ ਹੈ ਇਹਦੇ ਨਾਲੋਂ, ਅਤੇ ਦੇਖਣ ਨੂੰ ਵੀ ਸੋਹਣੀ ਲੱਗਦੀ ਹੈ ਉੱਚੀ ਗੱਡੀ। ਫਿਰ ਪ੍ਰੋਪਰ SUV ਜਿਹਨੂੰ ਕਹਿੰਦੇ ਆ, ਬਿਗ ਡੈਡੀ ਆਫ SUV, ਆਹੀ ਬੈਸਟ ਵੈਸੇ। ਬਾਈ ਜੀ ਕਰਨਗੇ ਆਪਣੀ ਗੱਡੀ ਦਾ ਚੈੱਕਅਪ ਹੁਣ। ਤੁਹਾਨੂੰ ਨਵੀਂ ਚੀਜ਼ ਦਿਖਾਉਂਦੇ ਹਾਂ ਅੱਜ, ਇਲੈਕਟ੍ਰਿਕ ਆਟੋ ਮਹਿੰਦਰਾ ਵੱਲੋਂ ਬਣਾਇਆ ਗਿਆ। ਇੱਕ ਬੈਟਰੀ ਹੈ ਜੀ, 100 ਕਿੰਨੀ ਚੱਲਦੀ ਆ, 130 ਕਿਲੋਮੀਟਰ ਚੱਲਦੀ ਹੈ ਜੀ ਇੱਕ ਵਾਰ ਚਾਰਜ ਕਰਕੇ। ਕਿੰਨੇ ਘੰਟੇ ਚਾਰਜ ਕਰਨਾ ਪੈਂਦਾ ਇਹ? ਪੂਰੇ 3 ਘੰਟੇ 50 ਮਿੰਟ 'ਚ ਹੈ, ਫੁੱਲ ਐਂਡ ਫਾਈਨ। ਅੱਛਾ, ਅੱਜ ਕੱਲ੍ਹ ਇਲੈਕਟ੍ਰਿਕ ਜ਼ਿਆਦਾ ਚੱਲ ਰਹੀਆਂ ਚੀਜ਼ਾਂ, ਗੱਡੀਆਂ ਵੀ, ਅਤੇ ਹੌਲੀ ਹੌਲੀ ਸਮਾਂ ਚੇਂਜ ਹੋ ਰਿਹਾ, ਇਲੈਕਟ੍ਰਿਕ 'ਤੇ ਆ ਰਹੇ ਨੇ। ਹੈਂਜੀ, 60 ਦੀ ਸਪੀਡ ਹੈ। ਚੱਲ ਵਧੀਆ, ਫਿਰ 60 ਦੀ ਸਪੀਡ ਤਾਂ ਬਹੁਤ ਜ਼ਿਆਦਾ ਸਪੀਡ ਹੈ। ਠੀਕ ਹੈ, ਆਪਣੀ ਇਹਦੇ 'ਚ ਫਸਟ ਸਰਵਿਸ ਦੇ ਵਿੱਚ ਕੀ ਕੁਛ ਹੁੰਦਾ ਜਿਹੜਾ 1000 ਕਿਲੋਮੀਟਰ ਵਾਲੀ ਹੈ? ਇਹਦੇ ਜਨਰਲ ਚੈੱਕ ਹੋਏਗਾ ਜੀ। ਅੱਛਾ, ਪਾਣੀ ਪੂਣੀ, ਕੂਲੈਂਟ ਵਗੈਰਾ ਸਾਰਾ ਚੈੱਕ, ਕੋਈ ਨਟ ਨੁਟ ਸਾਰੇ ਨਾਲ ਟਾਈਟ ਹੋਣਗੇ, ਬਾਕੀ ਕੁਛ ਆਇਲ ਨਹੀਂ ਚੇਂਜ ਹੁੰਦਾ ਹੈਗਾ ਜੀ, ਅਲਾਈਨਮੈਂਟ ਵੀਲ ਬੈਲੈਂਸਿੰਗ ਕੁਛ ਨਹੀਂ ਹੁੰਦਾ ਜੀ। ਅੱਛਾ, ਕਿੰਨਾ ਕੁ ਟਾਈਮ ਲੱਗ ਜਾਂਦਾ ਇਹਨੂੰ? ਅੱਧਾ ਘੰਟਾ ਗੱਡੀ ਆਉਣ ਨੂੰ, ਇੱਥੇ ਲੱਗਣ ਨੂੰ ਅੱਧਾ ਘੰਟਾ ਲੱਗਣਾ ਵੈਸੇ ਕੰਮ ਹੋਣ ਨੂੰ, ਪਰ 2 ਘੰਟੇ ਹੋ ਗਏ ਆਪਾਂ ਨੂੰ ਆਇਆਂ ਨੂੰ। 9 ਵਜੇ ਤੋਂ ਆ ਕੇ ਆਪਾਂ ਨੂੰ 11 ਵਜੇ ਨਾਲੇ ਹੋ ਗਏ, ਕੰਮ ਹੁਣ ਸਟਾਰਟ ਹੋਇਆ ਇੱਥੇ, ਅਤੇ ਅੱਧਾ ਘੰਟਾ ਲੱਗਣਾ ਨੋਰਮਲ ਚੈੱਕਅਪ ਦੇ ਵਿੱਚ। ਲਓ ਜੀ, ਸਟਾਰਟ ਕਰਤਾ ਇਹਨਾਂ ਨੇ ਕੰਮ।
जो मेन मेन चीज़ा आदि ने सारिया चेक हो रही ने। शैंपू शूंपू पाना जी कुछ कर लोड़े? अच्छा फिल्टर वगैरह उरे? हाँ जी एयर फिल्टर। अच्छा एयर फिल्टर है इतने का फिल्टर कर लिया जी। एयर फिल्टर हूँ सफाई हो रही है। ये तो इतना ही चल जूगा हजे चलिए 1200 किलोमीटर है जी। 10000 वाली तो चेंज होगा। अच्छा एसी वाला भी साफ होगा? एसी वाला भी साफ करूँगा गला। हाँ जी अच्छा नवा 10000 से पेगा एसी वाला 10000 किलोमीटर से नवा पेगा जी। यू फास्ट सर्विस के उपर हवा एयर फिल्टर साफ कर देंगे हवा मार के। ये चेंज करने की कहीं जरूरत नहीं है जो साफ पे वैसे इतनी लोड़ भी नहीं है। सफाई हो जाती है जी अंदरों चंकी तरह। यही घट्ट होगा 10000 किलोमीटर चलेगा तो वह चेंज होगा। बिचो तो इन्होंने वधिया बनाते हूँ बॉक्स बुक्स जो एन कवर करके रख देने नीचे तो भी कवर करके रख देने। बाकी तो ठीक है जी इन्होंने काम करता गड्डी का। हूँ कहते सिर्फ नट बोल्ट टाइट करने से बैटरी चेक करनी सी वाइपर का पानी चेक करना सी ते एयर फिल्टर साफ करना सी। बाकी कंप्लीट है हूँ गड्डी की वॉशिंग करेंगे। वॉशिंग करने तो बाद आप फ्री हो सकते हैं। देखो वॉशिंग तो कितना टाइम लगता। बाकी कोई प्रॉब्लम नहीं सी गड्डी दे विच किसी तरह की कोई दिक्कत नहीं सी ते गड्डी ओके है। लो जी हुण चेक कर लेंगे गड्डी चला के किसी तरह की कोई प्रॉब्लम ना हो भाई। आपां नूं अपने पिंड कहीं ना टक्कर गया हूँ आपां नूं पूरी तसली हो जानी है। टेंशन फ्री आपां आया करांगे सर्विस कराउण। 10000 तो बड़ी छेती चल जानी है अपनी। 1200 चल भी गई 15 दिनों 'च। 3 टैंकियां तेल की पी गई हूँ तक। आ गड्डियां बहुत गलत लाते हैं है ना। जिथे दिल करता उत्थे खड़ा लाते हैं। गड्डी चला के देख ली जी बिल्कुल ओके है। किसी तरह की बाई नूं प्रॉब्लम नहीं। हाँ जी मिठू भाई किवें लग रहा तैनूं? बहुत वधिया वीरे। कोई दिक्कत नहीं लग रही? किसी तरह की कोई प्रॉब्लम? क्लच दे विच गेयर दे विच ठीक है। बाकी बाई दी तसली हो गई हुण आपां नूं भी बाई ते तसली है पूरी है ना। जे इहने ओके करती तां गड्डी ओके है हुण। बाकी हुण किन्ने पर होगी सर्विस इहदी? सर वी 10 ते होणी है। 10 ते 10000 बाद सारा कुछ चेंज होऊगा इहदा ना फिल्टर फुल्टर। हाँ जी चलो हुण 10000 वाली सर्विस तक देखदे आं की रिस्पोंस मिलदा गड्डी दा आपां नूं। हुण गड्डी दी वॉशिंग होनी है सिर्फ। वॉशिंग रह गई तो बाद गड्डी आपां फ्री हाँ लेके जा सकते हैं घर नूं। इत्थे आउंदियां ने जी गड्डियां वॉश।
ਇਹ ਆਪਣੀ ਗੱਡੀ ਹੋਈ ਹੈ ਫਰੀ ਦੇ ਵਿੱਚ ਸਰਵਿਸ 1000 ਦੀ ਸਰਵਿਸ ਫਰੀ ਹੈ ਰੂਟੀਨ ਚੈੱਕਅਪ ਇਹਦੇ ਵਿੱਚ ਬਸ ਆ ਗੇਟ ਪਾਸ ਹੈ ਗੇਟ ਪਾਸ ਦਿਖਾ ਕੇ ਆਪਾਂ ਗੱਡੀ ਲੈ ਕੇ ਚੱਲੇ ਹਾਂ ਆਪਣੀ ਗੱਡੀ ਦੀ ਸਰਵਿਸ ਹੋ ਗਈ ਹੈ ਜੀ 1000 ਕਿਲੋਮੀਟਰ ਵਾਲੀ ਅਤੇ ਟਾਈਮ ਥੋੜ੍ਹਾ ਜਿਹਾ ਜ਼ਿਆਦਾ ਲੱਗ ਜਾਂਦਾ ਮਹਿੰਦਰਾ ਦੇ ਵਿੱਚ 9 ਵਜੇ ਆ ਕੇ ਵੀ 12 ਵਜੇ ਵਿਹਲੇ ਹੋਏ ਹਾਂ ਅਤੇ ਰਸ਼ ਬਹੁਤ ਜ਼ਿਆਦਾ ਹੁੰਦਾ ਇੱਥੇ ਟਾਈਮ ਨਾਲ ਗੱਡੀ ਲੈ ਕੇ ਆਉਣ 'ਚ ਫਾਇਦਾ ਕਿਉਂਕਿ ਗੱਡੀਆਂ ਇੰਨੀਆਂ ਜ਼ਿਆਦਾ ਨੇ ਗੱਡੀਆਂ ਲਾ ਕੇ ਭੁੱਲੇ ਜਾਂਦੇ ਨੇ ਇੱਕ ਤਰ੍ਹਾਂ ਇਹ ਵੀ ਕਿੱਥੇ ਖੜ੍ਹੀ ਕਰੀਏ ਕੀ ਕੁਛ ਹੋਇਆ ਕੀ ਨਹੀਂ ਆਪਣਾ ਇਹਨਾਂ ਦੇ ਪਿੱਛੇ ਪੈ ਕੇ ਹੀ ਕੰਮ ਕਰਾਉਣਾ ਪੈਂਦਾ ਕਹਿ ਕਹਿ ਕੇ ਕੰਮ ਕਰਾਉਣਾ ਪੈਂਦਾ ਵੀ ਆਹ ਕਰ ਦਿਉ ਤਾਂ ਥੋੜ੍ਹਾ ਜਿਹਾ ਜਲਦੀ ਕਰਦੇ ਨੇ ਜਿੱਦਾਂ ਮੇਰੀ ਅੱਜ ਰੂਟੀਨ ਦਾ ਚੈੱਕਅਪ ਜਿਹਾ ਹੀ ਸੀ ਨੋਰਮਲ ਜਰਨਲ ਚੈੱਕਅਪ ਫਿਰ ਵੀ ਇਹਨਾਂ ਨੇ ਇੰਨਾ ਟਾਈਮ ਲਾਤਾ ਅਤੇ ਤੁਸੀਂ ਆਪਣੀ ਗੱਡੀ ਦੀ ਸਰਵਿਸ ਕਰਾਉਣ ਲੱਗੇ ਥੋੜ੍ਹਾ ਜਿਹਾ ਜਲਦੀ ਆਇਓ ਟਾਈਮ ਨਾਲ ਆ ਕੇ ਟਾਈਮ ਨਾਲ ਫਰੀ ਹੋ ਜਾਓਗੇ ਫਿਰ ਅਤੇ ਗੱਡੀ ਦੇ ਵਿੱਚ ਇਹਨਾਂ ਨੇ ਸਿਰਫ ਨੋਰਮਲ ਨਟ ਬੋਲਟ ਚੈੱਕ ਕਰੇ ਨੇ ਸਾਰੇ ਚੰਗੀ ਤਰ੍ਹਾਂ ਅਤੇ ਫਿਲਟਰ ਸਾਫ਼ ਕਰਿਆ ਪਾਣੀ ਪੂਣੀ ਚੈੱਕ ਕੀਤਾ ਬਾਕੀ ਹਜੇ ਐਂਡਰੋਇਡ ਅਤੇ ਐਪਲ ਕਾਰਪਲੇ ਇਹਨਾਂ ਦਾ ਹਜੇ ਅਪਡੇਟ ਆਇਆ ਨਹੀਂ ਹੈਗਾ ਜਦੋਂ ਕਹਿੰਦੇ ਅਪਡੇਟ ਆਏਗਾ ਤਾਂ ਫਿਰ ਅਪਡੇਟ ਕਰਨਗੇ ਇਹ ਅਤੇ ਅਪਡੇਟ ਦੇ ਵਿੱਚ ਕੋਈ ਚੇਂਜ ਤਾਂ ਕੋਈ ਨਹੀਂ ਆਉਣਾ ਹੈਗਾ ਹਜੇ ਵੈਸੇ ਇਹਨਾਂ ਦਾ ਜਦੋਂ ਆਏਗਾ ਨਵਾਂ ਅਪਡੇਟ ਵੀ ਕਰਾ ਲਾਂਗੇ ਆਪਾਂ ਅਤੇ ਗੱਡੀ ਦੇ ਬਸ ਚੈੱਕ ਕਰਿਆ ਇਹਨਾਂ ਨੇ ਵਾਸ਼ ਕਰਕੇ ਆਪਾਂ ਨੂੰ ਫੜਾਤੀ 10000 ਦੀ ਸਰਵਿਸ 'ਤੇ ਇਹਦਾ ਆਇਲ ਫਿਲਟਰ ਵਗੈਰਾ ਸਭ ਕੁਝ ਚੇਂਜ ਹੋਊਗਾ ਅਤੇ ਉਸ ਟਾਈਮ ਕਰਾਵਾਂਗੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਫਸਟ ਸਰਵਿਸ ਦੀ ਅਤੇ ਜ਼ਿਆਦਾ ਕੁਛ ਹੈ ਨਹੀਂ ਸੀ ਇਹਦੇ ਵਿੱਚ ਦੱਸਣ ਵਾਲਾ ਅਤੇ 10000 ਦੀ ਸਰਵਿਸ ਦੇ ਵਿੱਚ ਪਤਾ ਲੱਗੂਗਾ ਆਪਾਂ ਨੂੰ ਕੀ ਕੁਛ ਚੇਂਜ ਹੁੰਦਾ ਫਿਲਟਰਾਂ ਤੋਂ ਲੈ ਕੇ ਅਤੇ ਮਿਲਦੇ ਹਾਂ ਆਪਾਂ ਨੈਕਸਟ ਬਲੌਗ ਦੇ ਵਿੱਚ ਥੈਂਕ ਯੂ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਬੈਲ ਆਈਕਨ ਨੂੰ ਔਨ ਕਰ ਦਿਓ ਤਾਂ ਕਿ ਵੀਡੀਓ ਤੁਹਾਨੂੰ ਜਲਦੀ ਤੋਂ ਜਲਦੀ ਸਭ ਤੋਂ ਪਹਿਲਾਂ ਮਿਲੇ ਥੈਂਕ ਯੂ ਜੀ ਬਲੌਗ ਦੇਖਣ ਲਈ ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ